हेलो जी, सत श्री अकाल जी। सारे नूं होर सुनाओ जी, की हाल चाल है? उम्मीद है तुसीं सारे ठीक होवोगे। अज वी ठीक होवोगे। ठंड बहुत ज्यादा हो गई है, घर तां हुंदा नहीं है ना भाई, ते पर ठंड बहुत ज्यादा। तकरीबन 1:30 दा दोपहर दा टाइम हो गया गा। बेटी बनाउण लगी आ मकरोनी। मैं लगी सी कपड़े पहला धोई आंदी सी, ते फिर मैं शर्ट नहीं कर रही सी, ते भाई मैं मुँह करन लग गई बैठ के। बेटे दी पतासे वगैरा है ना बनते ने। खैर मेरे पेके साइड तां रियोड़ियां ते मूली वगैरा बनते आ। तुसीं भी दस्सिओ भी तुहाडी साइड की बनते आ, है ना? ਸਾਡੇ ਤਾਂ ਇਸ ਵਾਰ ਤਾਂ ਹਲੇ ਲੋਹੜੀ ਇੰਨੀ ਨਹੀਂ ਆਈ ਹੈਗੀ। ਪਹਿਲਾਂ ਤਾਂ ਨਾ ਐਡੇ ਐਡੇ ਜਿਹੜੇ ਡੱਬੇ ਭਰ ਦਿੰਦੇ ਆ ਪਤਾਸਿਆਂ ਦੇ, ਜਦੋਂ ਵੀ ਲੋਹੜੀ ਨੂੰ ਭੰਡ ਲੈਂਦੇ ਨੇ ਸਾਰੇ ਆਪਣੇ ਘਰਾਂ 'ਚ ਨਾ ਪਿੰਡ ਤਕਰੀਬਨ ਸਾਰੇ ਬਣਦੇ ਨੇਗੇ। ਚਲੋ ਜੀ, ਦੁਪਹਿਰ ਦਾ ਟਾਈਮ ਹੋ ਗਿਆ, ਚਾਹ ਵੀ ਬਣਾਉਣ ਵਾਲੀ ਆ। ਬੇਟੀ ਆਪਦਾ ਬਣਾਉਂਦੀ ਆ ਖਾਣਾ ਦਾਣਾ। ਮੈਂ ਕੱਢਦੀ ਹਾਂ ਜੋ ਕੱਪੜੇ ਮੇਰੇ ਅੱਧ ਪਜਾਣਾ ਕਰਿਆ ਪਿਆ, ਅਤੇ ਚਲੋ ਜੀ ਕਰਦੇ ਹਾਂ ਕੰਮ। ਲਓ ਜੀ, ਬੇਟੀ ਨੇ ਮਕਰੋਨੀ ਬਣਾ ਲਈ ਹੈਗੀ, ਅਤੇ ਲੱਗੀਆਂ ਹੋਈਆਂ ਨੇ ਖਾਣ। ਆ ਜਾਓ ਜੀ, ਤੁਸੀਂ ਵੀ ਖਾ ਲਓ ਗਰਮਾ ਗਰਮ ਮਕਰੋਨੀ। ਅਤੇ ਮੈਂ ਆਪਣੀ ਡਾਲੀ ਹੈਗੀ ਮਸ਼ੀਨ, ਅਤੇ ਪਜਾਮੀਆਂ ਆਈਆਂ ਹੋਈਆਂ ਸੀਗੀਆਂ ਕਿਸੇ ਬੱਚੇ ਦੀਆਂ, ਸਿਲਾਈਆਂ ਹੋਈਆਂ ਗਰਮ ਕੱਪੜੇ ਦੇ ਵਿੱਚ। ਪਸੀਨਾ ਕਰਕੇ ਰੱਖਣਾ ਪੱਖੋਂ ਮੈਂ ਕਰ ਲਈ ਸੀ। ਅਤੇ ਚਲੋ ਜੀ, ਹੁਣ ਮੈਂ ਕਰਦੀ ਹਾਂ ਇਹਨੂੰ ਸਿਲਾਈ। ਹਾਂ ਦੇਖੋ, ਬੇਟੀ ਨੇ ਨਾ ਹਿੰਡ ਕਰੀ ਹੈ ਵੀ ਮੈਨੂੰ ਨਾ ਆਹ ਬੂਟ ਜਿਹੜੇ ਸਕੈਪਿੰਗ ਵਾਲੇ ਹੁੰਦੇ ਨੇ ਨਾ, ਸਕੇਟਿੰਗ, ਸੋਰੀ ਮੈਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ ਵੀ ਕੀ ਹੁੰਦੇ, ਅਤੇ ਵੀ ਮੈਨੂੰ ਪਾ ਕੇ ਤੋਰੋ ਨਾਲ ਨਾਲ, ਦੋਨਾਂ ਪਾਸੇ ਫੜਨੀ ਪੈਂਦੀ ਹੈ ਇਹ, ਅਤੇ ਮੈਨੂੰ ਪਾ ਕੇ ਤੋਰੋ ਤੁਸੀਂ। ਚਲੋ ਜੀ, ਮੈਂ ਤਾਂ ਆਪਦਾ ਸਿਲਾਈ ਕਰਦੀ ਹਾਂ, ਬੱਚਿਆਂ ਦਾ ਤਾਂ ਚੱਲੀ ਜਾਂਦਾ ਰਹਿਣਾ, ਹੈ ਨਾ? ਹਾਂ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ ਜੀ, ਕੀ ਹਾਲ ਚਾਲ ਆ? ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਸਵਾਗਤ ਆ ਤੁਹਾਡਾ ਸਾਡੇ ਨੂਰ ਬਲੌਗ ਚੈਨਲ 'ਚ। ਲਓ ਜੀ, ਸਾਰਾ ਕੰਮ ਕਰਨ ਤੋਂ ਬਾਅਦ ਬੱਚਿਆਂ ਨੇ ਆਪਣੀ ਮਕਰੋਨੀ ਵਗੈਰਾ ਬਣਾ ਕੇ ਖਾ ਲਈ, ਅਤੇ ਇੱਥੇ ਬਣਾਈ ਸੀ ਚਾਹ, ਅਤੇ ਜਾਨੂੰ ਆ ਗਏ ਉਹ ਗੁੜੀਆ ਜਿਹੜੀ ਸਾਡੇ ਆਈ ਹੋਈ ਸੀ ਬੇਟੀ, ਅਤੇ ਨਾਲ ਦਾ ਛੋਟਾ ਜਿਹਾ ਬੀਬੀ ਆ, ਦੇਖੋ ਗੁਬਾਰਿਆਂ ਨਾਲ ਖੇਡ ਰਿਹਾ ਇਹ। ਅਤੇ ਉਸ ਤੋਂ ਬਾਅਦ ਜੀ ਮੈਂ ਲੱਗੀ ਸੀ ਆਪਣੇ ਚਾਹ ਵਗੈਰਾ ਵਾਲੇ ਜਿਹੜੇ ਬਰਤਨ ਹੋਏ ਸੀ ਮੈਂ ਕਰ ਦਿੱਤੇ ਨੇ ਸਾਫ਼ ਆਪਣੇ, ਅਤੇ ਸਾਰੇ ਕੁਛ ਉੱਪਰ ਲਾ ਦਿੱਤੇ, ਅਤੇ ਕੁਛ ਰੱਖ ਅਤੇ ਸਬਜ਼ੀ ਬਣਾਉਣ ਵਾਲੀ ਰਹਿੰਦੀ ਆ ਮੇਰੀ। ਅਤੇ ਬੱਚੇ ਆਪਦੀ ਕਰ ਰਹੇ ਨੇ ਪੜ੍ਹਾਈ। ਅੱਜ ਠੰਡ ਬਹੁਤ ਜ਼ਿਆਦਾ ਹੋ ਰਹੀ ਆ, ਦੇਖੋ ਕਮਰੇ ਦਾ ਹਾਲ ਹੋਇਆ ਪਿਆ, ਰਜਾਈਆਂ 'ਚ ਬੈਠੇ ਆ ਬਸ ਆਹ ਗੁੜੀਆ। ਬੇਟੀ ਛੋਟੀ ਖੇਡੀ ਜਾਂਦੀ ਆ, ਵੱਡੀ ਬੇਟੀ ਉੱਧਰ ਪੜ੍ਹੀ ਜਾਂਦੀ ਆ। ਕੰਬਲ ਉੱਤੇ ਲਈ ਬੈਠ ਕੱਪੜੇ ਨੇ ਜਿਹੜੇ ਮੈਂ ਧੋ ਕੇ ਪਾਏ ਹੋਏ ਨੇਗੇ ਬਾਹਰ ਤਾਰ 'ਤੇ। ਚੱਕਣ ਵਾਲੀ ਟਾਈਮ ਹੋਇਆ ਪਿਆ ਵੈਸੇ ਤਾਂ ਇਹਨਾਂ ਦਾ, ਬਸ ਚੱਕਦੀਆਂ ਹੁਣ। ਚੱਲ ਮਾੜੀ ਜਿਹੀ ਹਵਾ ਜੀ ਹੋਰ ਨਿਕਲ ਜੂਗੀ, ਬੱਦਲਵਾਈ ਜੀ ਵੀ ਹੋਈ ਪਈ ਆ, ਹਵਾ ਚੱਲ ਲਿਆ ਗਾ। ਅਤੇ ਆਟਾ ਗੁੰਨ ਲਿਆ, ਅਤੇ ਮੈਂ ਸਬਜ਼ੀ ਰੱਖੀ ਹੋਈ ਹੈਗੀ ਬਣਨੀ, ਅਤੇ ਗੋਭੀ ਦੀ ਬਣਾਈ ਆ ਸਬਜ਼ੀ। ਅਤੇ ਇੱਧਰ ਮੈਂ ਜਿਹੜੇ ਮੇਥੇ ਸੀਗੇ ਉਹ ਸਾਫ਼ ਕਰਕੇ ਰੱਖ ਲਏ, ਸੁਬਹਾ ਬਣਾਵਾਂਗੇ ਮੇਥਿਆਂ ਦੇ ਪਰੌਂਠੇ। ਅਤੇ ਸਾਹਮਣੇ ਤਕਰੀਬਨ 7 ਦਾ ਟਾਈਮ ਹੋ ਗਿਆ, ਕੱਪੜੇ ਉਤਾਰ ਲਏ ਸੀਗੇ ਮੈਂ ਬਾਹਰੋਂ, ਪਹਿਲੀ ਵੀ ਠੰਡ ਜ਼ਿਆਦਾ ਕਰਕੇ ਹਵਾ ਬਹੁਤ ਚੱਲਦੀ ਸੀ, ਮੀਂਹ ਵੀ ਲੱਗਦੀ ਸੀਗੀ ਇਸ ਹਿਸਾਬ ਨਾਲ। ਅਤੇ ਬਸ ਹੁਣ ਰੋਟੀ ਲੱਗ ਰਿਹਾ ਬਣਾਉਣ, ਅਤੇ ਲੋਰ ਉੱਧਰ ਖੇਡਦੀ ਫਿਰਦੀ ਆ, ਅਤੇ ਥੋੜ੍ਹਾ ਜਿਹਾ ਪਹਿਲਾਂ ਮੈਂ ਮਸ਼ੀਨ ਦਾ ਕੰਮ ਕੀਤਾ ਸੀ, ਬਸ ਉਸ ਤੋਂ ਬਾਅਦ ਘਰ ਦੇ ਕੰਮ ਕਰਨ ਲੱਗ ਗਈ। ਅੱਜ ਤਾਂ ਮੈਂ ਬਹਿ ਗਈ ਮਰਜਾ ਮਾਰ ਕੇ, ਘੰਟਾ ਡੇਢ ਘੰਟਾ ਮਸ਼ੀਨ 'ਤੇ ਲਾ ਲਏ, ਪਜਾਮੀਆਂ ਸੀ ਕਿਸੇ ਬੱਚੇ ਦੀਆਂ ਸਿਲਾਈ ਕਰਨੀਆਂ ਉਹ ਕੀਤੀਆਂ ਸੀਗੀਆਂ, ਬਸ ਲਾਸਟਿਕ ਦਾ ਕੰਮ ਰਹਿ ਗਿਆ, ਇਹਨਾਂ ਦੇ ਪਾਪਾ ਤੋਂ ਮੰਗਵਾਈ ਆ ਮੈਂ ਲਾਸਟਿਕ, ਅਤੇ ਫਿਰ ਬਸ ਉਹ ਕੰਪਲੀਟ ਹੋ ਜਾਣਗੀਆਂ ਪਜਾਮੀਆਂ। ਮੈਨੇ ਮੈਂ ਰੋਟੀ ਬਣਾਉਣੀ ਆ, ਸਬਜ਼ੀ ਆਪਣੀ ਬਣ ਕੇ ਬੰਦ ਕਰਦੀ ਹਾਂ ਮੈਂ ਗੈਸ, ਅਤੇ ਤੋਂ ਦੁਬਾਰਾ ਕੇ ਰੋਟੀਆਂ ਬਣਾਉਂਦੇ ਹਾਂ ਆਪਾਂ, ਅਤੇ ਬਸ ਪਾਪਾ ਜੀ ਖਾ ਲੈਣਗੇ ਨਾਲ ਹੀ ਬੱਚੇ ਖਾ ਲੈਣਗੇ। ਲਓ ਜੀ, ਸਬਜ਼ੀ ਵਗੈਰਾ ਬਣਾਉਣ ਤੋਂ ਬਾਅਦ ਮੈਂ ਇੱਥੇ ਲੱਗੀ ਹਾਂ ਸਿੱਧਾ ਰੋਟੀ ਬਣਾਉਣ ਦੀ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਹੈਗੀ। ਅਤੇ ਸਬਜ਼ੀ ਇੱਥੇ ਮੈਂ ਬਣਾਈ ਸੀ ਗੋਭੀ ਦੀ, ਅਤੇ ਨਾਲ ਦੀ ਨਾਲ ਮੈਂ ਬਣਾਉਣ ਲੱਗੀ ਸੀ ਰੋਟੀ। ਆਟਾ ਵਗੈਰਾ ਤਾਂ ਮੈਂ ਰੋਟੀ ਸਬਜ਼ੀ ਬਣਦੇ ਬਣਦੇ ਹੀ ਗੁੰਨ ਕੇ ਰੱਖ ਲਿਆ ਸੀਗਾ, ਤਾਂ ਕਿ ਥੋੜ੍ਹਾ ਜਿਹਾ ਨਾ ਵਧੀਆ ਨਰਮ ਅਤੇ ਸੌਫਟ ਹੋ ਜਾਂਦਾ ਵਾ। ਅਤੇ ਇੱਦਾਂ ਗਾ ਕਿ ਸਰਦੀ ਦੇ ਵਿੱਚ ਹੈ ਨਾ, ਦਿਨੇ ਤਾਂ ਰੋਟੀ ਆ ਜਿਹੜੀ ਨਹੀਂ ਖਾਧੀ ਜਾਂਦੀ, ਦਿਨ ਥੋੜ੍ਹੇ ਜਿਹੇ ਛੋਟੇ ਹੋ ਰਹੇ ਨੇ, ਬੱਚੇ ਆਪਦਾ ਕੁਛ ਨਾ ਕੁਛ ਬਣਾ ਕੇ ਖਾ ਲੈਂਦੇ ਨੇ, ਮਕਰੋਨੀ ਜਿਵੇਂ ਹੋ ਗਈਆਂ, ਅਤੇ ਅੱਜ ਬਣਾਈ ਸੀ ਜਿੱਦਾਂ, ਅਤੇ ਜਾਂ ਫਿਰ ਚਾਵਲ ਵਗੈਰਾ ਜਾਂ ਸੇਵੀਆਂ ਵਗੈਰਾ, ਹੈ ਨਾ, ਕੁਛ ਵੀ ਇੱਦਾਂ ਦਾ ਬਣਾ ਕੇ ਜਿਹੜੇ ਬੱਚੇ ਨੇ ਉਹ ਖਾ ਲੈਂਦੇ ਹੈਗੇ, ਅਤੇ ਰੋਟੀ ਦੀ ਭੁੱਖ ਨਹੀਂ ਲੱਗਦੀ ਹੈਗੀ।
इस तरह की चीज़ खाना। बाकी चाह वगैरह हैगी उ पीती जाती है वो तो वह है ना, तो करके इतने मैं लगी सी रोटी बना भी चलो बच्चों जल्दी बना के दे दिए पापा जी खा लैन, सर्दी का टाइम है तो आपका खा पी के आपका रजाइया चाह ना बैठ जाएंगे, नहीं तो बच्चों का होंगे ना भी बाहर ही गेड़े खड़ते फिरी जाते हैं, फिर इन्होंने तो घूर के बिठाना पैंता अंदर। तो नहीं तो छो वी बेटी तो खैर बैठी रही उस मैं नहीं कोई वो है, तो छोटिया तो दोनों खेडदिया खड़ा देखिए ने उधर उधर मारी टूल से उधर उधर करके, तो मैंने इदा सी भी चलो बच्चों दे दा मैं रोटी बना के। तो इतने मैं बेटी को मार ली सी आवाज़ भी आके पापा जी ने खड़ा दी रोटी है ना, मेरी जिम्मेवारी आ चाहे वीडी आए चाहे छोटी बेटी आए मेरी भी हाँ इन्होंने जोड़ा यही आपका काम वो करना ही करना, रोटी वगैरह फटा हों बच्चों थोड़ा जहा जिम्मेवारी का एहसास भी हो जाता, तो बाकी है ना थोड़ा जहा भी इदा मेरी हैल्प भी हो जाती है ना, कल्ले फिर भी बहुत औखा हो जाता जिम्मे घर के काम भी ला लो बिच सिलाई का हो जाता बिच कोई ना कोई कस्टमर उधर भी आ जाते हैं है ना पार्लर च, ता करके घर के काम ही नहीं सारा दिन थोड़ा पता खत्म होने चाहते खासकर हूँ तो कपड़े का कम मैं लगता सारिया भैन इदा ही हों होना है ना, जोड़े कपड़े ने धोने तो हले मैनू लगता सौखे लगते भी चलो आप मशीन च पाए तो धो दें कोई चक्कर नहीं, पर सुकना आने बहुत ज़्यादा औखे हुए पैने है ना, जिमें कि हम साढ़े भी ला लो कुछ अंदर इन्ना पाँव है ना जी जगह गई वो नहीं हैगी, मैंने तो बहुत ज़्यादा औखा लगता सुखाने का कम आ जोड़ा कपड़े का, अज हले पहला नहीं सी जोड़े सुके नहीं सके तो नाल दी नाल मैं अज इतें होर तो चलो इदा हों भी मैले कपड़े रखने की बजाय धोते जाता थोड़ा जहा आए हूँ भी चलो धोते पे ने भी मैले नहीं है रखे हुए आप जमा किए हुए है ना। तो चलो जी लो जी रोटी अपनी बन चुकी है पापा जी ने पा के दे दी है, तो इतने मैं नाल दी नाल बच्चों नू पा के बनाऊँ चलो ये आपकी जी रोटी है खा लैन। तो लो जी आप वीडियो का करते हैं एंड, अज मैं इन्नी वीडियो थोड़े ना शेयर की है, जेकर तुम चंगी लगी तो प्लीज़ चैनल में लाइक शेयर तो कमेंट जरूर करके दसा करो वीडियो तुम कि लगी है ना, कोई भी कमी पेशी लगे वो भी तुम प्लीज़ कमेंट करके दसा करो, तो चैनल में कर लियो सबसक्राइब। ओके जी सत।